ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਨਾਮਜ਼ਦਗੀਆਂ ਦਾਖਲ ਹੋਣ ਤੋਂ ਉਪਰੰਤ ਅੱਜ ਨਾਮ ਵਾਪਸ ਲਏ ਜਾ ਰਹੇ ਹਨ ਅਤੇ ਇਸ ਮੌਕੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਵੀ ਬਣੀ। ਬਲਾਕ ਔੜ ਦੇ ਕਸਬਾ ਗੈਲ ਮਜਾਰੀ ਵਿਖੇ ਵੀ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ, ਜਿਸ ਵਿੱਚ ਸਰਪੰਚ ਦਵਿੰਦਰ ਕੌਰ ਚੱਜ, ਮੈਂਬਰ ਪੰਚਾਇਤ ਮੱਖਣ ਰਾਮ, ਗੁਰਧਾਵਰ ਸਿੰਘ ਢਿੱਲੋਂ, ਬਲਿਹਾਰ ਕੌਰ, ਪਰਮਜੀਤ ਕੌਰ ਦਾਰਾ ਰਾਮ ਮੈਂਬਰ ਪੰਚਾਇਤ ਚੁਣੇ ਗਏ। ਇਸ ਮੌਕੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣਨ ਲਈ ਅਹਿਮ ਯੋਗਦਾਨ ਅਦਾ ਕੀਤਾ। ਹਾਂਜੀ, ਤੁਸੀਂ ਗੈਲ ਮਜਾਰੀ ਦੇ ਸਾਬਕਾ ਸਰਪੰਚ ਹੋ, ਲੰਬੜਦਾਰ ਵੀ ਹੋ, ਇਸ ਵੇਲੇ ਤੁਹਾਡੇ ਜਿਹੜੀ ਆ ਸਰਬਸੰਮਤੀ ਹੋਈ ਆ ਪਿੰਡ ਦੇ ਵਿੱਚ ਪੰਚਾਇਤ ਦੀ, ਉਹਦੇ ਬਾਰੇ ਦੱਸਿਓ ਥੋੜ੍ਹਾ। ਅੱਜ ਪਿੰਡ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਕਿ ਸਾਰੇ ਪਿੰਡ ਨੇ ਜਿਹੜੀ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਆ। ਸਾਡੇ ਪਿੰਡ 46 ਸਾਲ ਬਾਅਦ ਜਿਹੜੀ ਸਰਬਸੰਮਤੀ ਹੋਈ ਆ, ਸਾਰੇ ਪਿੰਡ ਨੂੰ ਬਹੁਤ ਬਹੁਤ ਇਸ ਗੱਲ ਦੀਆਂ ਵਧਾਈਆਂ। ਮਤਲਬ ਹਰ ਬੰਦੇ ਨੇ ਇਹੀ ਖੁਸ਼ੀ ਮਨਾਈ ਆ ਵੀ ਚਲੋ ਸਾਡੇ ਪਿੰਡ ਜਿਹੜੀ ਸਰਬਸੰਮਤੀ ਹੋਈ ਆ, ਅਤੇ ਅੱਗੇ ਵੀ ਕਈ ਆਲੋਚਨਾ ਕਰਕੇ ਮਾੜੀ ਮੋਟੀ ਇੱਧਰ ਉੱਧਰ ਗੱਲ ਹੋ ਜਾਂਦੀ ਸੀ, ਹੁਣ ਬਹੁਤ ਕੋਸ਼ਿਸ਼ਾਂ ਕੀਤੀਆਂ ਇਸ ਵਾਰ। ਅਤੇ ਸ਼ਿਕਾਰਾ ਸਿੰਘ ਉਹਨਾਂ ਨੇ, ਕੁਲਵੀਰ ਸਿੰਘ ਉਹਨਾਂ ਨੇ, ਮੱਖਣ ਬਲਜਿੰਦਰ ਅਤੇ ਇਹਨਾਂ ਸਾਰਿਆਂ ਨੇ, ਅਤੇ ਦਾਰਾ ਰਾਮ ਹੁਣੀ, ਹੁਸਨ ਲਾਲ ਹੁਣੀ, ਸਾਰਿਆਂ ਨੇ ਸਹਿਮਤੀ ਪ੍ਰਗਟਾਈ ਅਤੇ ਅਸੀਂ ਕਿਹਾ ਵੀ ਸਾਰਿਆਂ ਨੇ ਖੁਸ਼ੀ ਦੇ ਨਾਲ ਖੁਸ਼ੀ ਖੁਸ਼ੀ ਜਿਹੜੀ ਇਹ ਸਰਬਸੰਮਤੀ ਕੀਤੀ ਆ। ਅਤੇ ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵੀ ਜਦੋਂ ਵੀ ਪੰਚਾਇਤਾਂ ਦੀ ਇਲੈਕਸ਼ਨ ਆਵੇ ਸਾਰਿਆਂ ਨੂੰ ਇੱਕ ਥਾਂ ਜੁੱਟ ਕਰਕੇ ਕੋਸ਼ਿਸ਼ ਕਰਿਆ ਕਰਾਂਗੇ ਵੀ ਅਸੀਂ ਸਰਬਸੰਮਤੀ ਨਾਲ ਹੀ ਪੰਚਾਇਤ ਬਣਾਇਆ ਕਰਾਂਗੇ। ਕਿ ਇਹ ਵੀ ਸਮਝੌਤਾ ਹੋਇਆ ਕਿ ਜਨਰਲ ਦੀ ਵਾਰ ਨੂੰ ਸਾਨੂੰ ਦਿਆ ਕਰੋ ਜਾਂ ਰਿਜ਼ਰਵ ਜਦੋਂ ਹੁੰਦੀ ਆ ਉਸ ਵੇਲੇ ਕਿਸੇ? ਨਹੀਂ, ਇੱਦਾਂ ਦਾ ਕੋਈ ਸਮਝੌਤਾ ਨਹੀਂ ਹੋਇਆ, ਇਹ ਚਲੋ ਜਨਰਲ ਲੇਡੀ ਲਈ ਸੀ ਅਤੇ ਇੱਦਾਂ ਦੀ ਕੋਈ ਨਹੀਂ ਕਿਸੇ ਨਾਲ ਸਮਝੌਤਾ ਹੋਇਆ ਵੀ ਜਦੋਂ ਐਸ ਸੀ ਲਿਓ ਤੁਹਾਨੂੰ ਦੇਵਾਂਗੇ, ਜਨਰਲ ਲਿਓਗੇ ਸਾਨੂੰ ਦਿਓ, ਕੋਈ ਇੱਦਾਂ ਦੀ ਗੱਲ ਨਹੀਂ ਹੋਈ। ਇਹ ਤਾਂ ਇੱਕ ਸਾਰਿਆਂ ਨੇ ਸੋਚਿਆ ਵੀ ਹੁਣ ਅਸੀਂ ਇੱਕ ਦੂਏ ਦੇ ਨਾਲ ਸਾਰੇ ਬੋਲਦੇ ਚੱਲਦੇ ਹਾਂ, ਜਦੋਂ ਇਲੈਕਸ਼ਨ ਹੋ ਜਾਂਦੀ ਆ ਫਿਰ ਬੋਲਚਾਲ ਵੀ ਹਟ ਜਾਂਦੀ ਆ, ਭਾਈਚਾਰਕ ਸਾਂਝ ਜਿਹੜੀ ਉਹ ਖਤਮ ਹੋ ਜਾਂਦੀ ਆ। ਆਪਣਾ ਨਾਂ, ਅਹੁਦਾ ਅਤੇ ਪਿੰਡ ਅਤੇ ਬਲੋਕ ਦੱਸਿਓ ਕਿਹੜਾ ਆ? ਮੈਂ ਚਰਨਜੀਤ ਸਿੰਘ ਝੱਜ, ਸਾਬਕਾ ਸਰਪੰਚ, ਮੌਜੂਦਾ ਲੰਬੜਦਾਰ, ਪਿੰਡ ਗੈਲ ਮਜਾਰੀ, ਬਲੋਕ ਔੜ, ਤਹਿਸੀਲ ਬੰਗਾ, ਜ਼ਿਲ੍ਹਾ ਨਵਾਂਸ਼ਹਿਰ। ਇਸ ਵੇਲੇ ਸਰਪੰਚ ਜਿਹੜੇ ਚੁਣੇ ਗਏ ਉਹਨਾਂ ਦਾ ਨਾਂ ਕੀ ਆ ਅਤੇ ਮੈਂਬਰ ਪੰਚਾਇਤ ਜਿਹੜੇ ਚੁਣੇ ਗਏ ਆ ਉਹਨਾਂ ਦਾ ਨਾਂ ਦੱਸੋ। ਦਵਿੰਦਰ ਕੌਰ ਜਿਹੜੀ ਸਰਪੰਚ ਚੁਣੀ ਗਈ, ਮੇਰੀ ਪਤਨੀ ਆ, ਅਤੇ ਉਹ ਦੂਜੀ ਵਾਰੀ ਸਰਪੰਚ ਚੁਣੀ ਗਈ ਆ, ਪਹਿਲਾਂ ਵੀ ਇੱਕ ਵਾਰੀ ਸਰਪੰਚ ਬਣੇ ਸੀ। ਅਤੇ ਮੱਖਣ ਰਾਮ ਪਹਿਲਾਂ ਸਾਬਕਾ ਸਰਪੰਚ ਰਿਹਾ, ਫਿਰ ਉਹਦੀ ਨੂੰਹ ਵੀ ਬਣੀ ਅਤੇ ਹੁਣ ਉਹ ਪੰਚ ਬਣਿਆ, ਮੌਜੂਦਾ ਪੰਚ ਆ। ਅਤੇ ਗੁਰਧਾਵਰ ਸਿੰਘ ਪੰਚਾਇਤ ਮੈਂਬਰ ਬਣਿਆ, ਦਾਰਾ ਰਾਮ ਤਿੰਨ ਵਾਰੀ ਪੰਚਾਇਤ ਮੈਂਬਰ ਬਣਿਆ, ਪਰਮਜੀਤ ਕੌਰ ਜਿਹੜੀ ਉਹ ਵੀ ਦੂਜੀ ਵਾਰੀ ਪੰਚਾਇਤ ਮੈਂਬਰ ਬਣੀ ਆ, ਅਤੇ ਅਮਰਜੀਤ ਕੌਰ ਅਤੇ ਬਲਿਹਾਰ ਕੌਰ, ਗੁਰਧਾਵਰ ਸਿੰਘ ਇਹ ਪਹਿਲੀ ਵਾਰੀ ਸਰਬਸੰਮਤੀ ਨਾਲ ਚੁਣੇ ਗਏ ਆ ਅਤੇ ਬੜੀ ਖੁਸ਼ੀ ਦੀ ਗੱਲ ਹੈ। ਇਹ ਦੋਨੇ ਮੈਂਬਰ ਬੜੇ ਲੱਕੀ ਆ, ਪਹਿਲੀ ਵਾਰੀ ਚੁਣੇ ਗਏ ਆ, ਪਹਿਲੀ ਵਾਰੀ ਸਰਬਸੰਮਤੀ ਨਾਲ, ਗੁਰਧਾਵਰ ਸਿੰਘ ਅਤੇ ਬਲਿਹਾਰ ਕੌਰ। ਸਰਪੰਚ ਸਾਹਿਬ ਕਿਹੋ ਜਿਹਾ ਲੱਗਾ? ਹਾਂਜੀ ਮੱਖਣ ਸਿੰਘ ਜੀ, ਮੈਂ ਸਾਬਕਾ ਸਰਪੰਚ ਮੱਖਣ ਰਾਮ। ਅੱਜ ਅਸੀਂ ਮਾਈ ਦੇ ਦਰਬਾਰ 'ਤੇ ਸਾਰਾ ਪਿੰਡ ਇਕੱਠਾ ਹੋ ਕੇ, ਸਾਨੂੰ ਪਿੰਡ ਦਿਆਂ ਲੋਕਾਂ ਨੇ ਮਾਣ ਬਖਸ਼ਿਆ, ਅਸੀਂ ਇਹਨਾਂ ਲੋਕਾਂ ਦਾ, ਭਰਾਵਾਂ ਦਾ, ਭੈਣਾਂ ਦਾ, ਵੀਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦਾ ਮੌਕਾ ਹੈ ਜੋ ਸਾਨੂੰ ਸਰਬਸੰਮਤੀ ਨਾਲ ਸਾਰੇ ਭਰਾਵਾਂ ਨੇ ਇਕੱਠੇ ਸੰਯੋਗ ਕਰਕੇ ਪੰਚਾਇਤ ਮੈਂਬਰ ਚੁਣਿਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਹਾਡਾ ਨਾਮ ਕੀ ਆ ਅਤੇ ਡੈਜੀਗਨੇਸ਼ਨ ਕੀ ਆ ਤੁਹਾਡੀ? ਮੇਰਾ ਨਾਮ ਹੈ ਜੀ ਨਵਜੋਤ ਸਿੰਘ, ਐਸ ਡੀ ਓ ਮੇਰੀ ਮਹਿਕਮੇ ਦੇ ਵਿੱਚ, ਰਿਟਰਨਿੰਗ ਅਫਸਰ ਹਾਂ ਜੀ ਔਰ 2+2 ਦਾ। ਅਤੇ ਕਿਹੜੀ ਕਿਹੜੇ ਪਿੰਡ ਦੀ ਮਤਲਬ ਹੁਣ ਤੱਕ ਸਰਬਸੰਮਤੀ ਹੋ ਚੁੱਕੀ ਹੈ? ਹੁਣ ਤੱਕ ਗੈਲ ਮਜ਼ਾਰੀ ਹੈ ਜੀ ਇੱਕ, ਅਤੇ ਗੁਣਾ ਚੌਰ, ਇਹਨਾਂ ਦੀ ਸਰਬਸੰਮਤੀ ਹੋ ਗਈ। ਹੋਰ ਕੋਈ ਮੈਂਬਰ ਪੰਚਾਇਤ ਕਿਸੇ ਪਿੰਡ ਦੇ ਜਾਂ ਸਰਪੰਚ? ਹੋਰ ਕਾਫੀ ਹੈ ਜੀ ਜਿਹੜੇ ਅਨਪੋਜ਼ਡ ਹੋਏ ਆ। ਠੀਕ ਹੈ, ਪਰ ਪੂਰਨ ਤੌਰ 'ਤੇ ਗੁਣਾ ਚੌਰ ਅਤੇ ਗੈਲ ਮਜ਼ਾਰੀ ਜੀ। ਮੈਨੂੰ ਮੈਂ ਪੰਜਾਬ ਲੈ ਲੂੰ ਪੰਜਾਬ ਨੂੰ ਉਹ ਕਰ ਇਸ਼ੂ ਨੂੰ ਮੰਨਦੇ ਨੇ।